ਕੀ ਲੱਗਦਾ ਕਈ ਦਿਨਾਂ ਤੋਂ ਅਕਾਲੀ ਦਲ ਵਰਕਰ ਕਹਿ ਰਹੇ ਮੁਲਾਕਾਤ ਨਹੀਂ ਹੋਣ ਦੇ ਰਹੇ ਜੀ ਜਿਹੜੀ 5 ਸਾਲ ਦੀ ਮਹਿਮਾਨ ਆ ਉਹ ਜਾਣ ਕੇ ਪੱਕਾ ਕਰੇ ਥੋੜੇ ਮੈਂ ਸਾਬਕਾ ਮੰਤਰੀ ਵਿਕਰਮ ਮੰਜੀਠੀਆ ਨਸ਼ਾ ਤਸਕਰੀ ਕੇਸ ਵਿੱਚ ਪਿਛਲੇ 5 ਦਿਨ ਤੋਂ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬੰਦ ਨੇ ਹੁਣ ਮੰਜੀਠੀਆ ਵੱਲੋਂ ਜ਼ਮਾਨਤ ਲਈ ਹਾਈ ਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਅੰਦਾਜ਼ੀਏ ਜੇਲ੍ਹ ਦੇ ਬਾਹਰ ਲੰਗਰ ਦਾ ਖਾਸ ਇੰਤਜ਼ਾਮ ਕੀਤਾ ਗਿਆ ਕਿਉਂਕਿ ਵਿਕਰਮ ਮੰਜੀਠੀਆ ਦਾ ਅੱਜ ਜਨਮ ਦਿਨ ਵੀ ਹੈ ਅਤੇ ਇਸ ਖਾਸ ਮੌਕੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅੱਜ ਵਿਕਰਮ ਸਿੰਘ ਮੰਜੀਠੀਆ ਨੂੰ ਮਿਲਣ ਲਈ ਪਟਿਆਲਾ ਕੇਂਦਰ ਜੇਲ੍ਹ ਪਹੁੰਚੇ ਪਹਿਲਾਂ ਵਿਕਰਮ ਸਿੰਘ ਮੰਜੀਠੀਆ ਨੂੰ ਸੰਗਰੂਰ ਜੇਲ੍ਹ ਭੇਜਿਆ ਗਿਆ ਅਤੇ ਕੋਰੋਨਾ ਦੇ ਕਾਰਨਾਂ ਕਾਰਨ ਉਹਨਾਂ ਨੂੰ ਪਟਿਆਲਾ ਸ਼ਿਫਟ ਕੀਤਾ ਗਿਆ ਮੰਜੀਠੀਆ ਨੂੰ ਪੁਲਿਸ ਦੇ ਸਖਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੂੰ 9 ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਅਟਲੇ ਮੁੱਢਲੀ ਦਸਤਾਵੇਜ਼ ਕਾਰਵਾਈ ਦੇ ਮੁਕੰਮਲ ਕਰਨ ਤੇ ਮੰਜੀਠੀਆ ਨੂੰ ਰਾਤ 9:15 ਵਜੇ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ ਉਂਜ ਮੰਜੀਠੀਆ ਨੂੰ ਜੇਲ੍ਹ ਦੀ ਡਿਉੜੀ 'ਚ ਹੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ 'ਚ ਭੇਜਣ ਤੋਂ ਪਹਿਲਾਂ ਸੰਬੰਧਿਤ ਮੁਲਜ਼ਮ ਦਾ ਕੁਰਸੀਨਾਮਾ ਡਿਉੜੀ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਸੁਖਬੀਰ ਬਾਦਲ ਜੀ ਸਰ 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 ਮਿਲਣ ਦੇ ਲਈ ਆਏ ਹੋ ਜੀ ਸਰ ਮੁਲਾਕਾਤ ਕੀ ਲੱਗਦਾ ਕਈ ਦਿਨਾਂ ਤੋਂ ਅਕਾਲੀ ਦਲ ਵਰਕਰ ਕਹਿ ਰਹੇ ਮੁਲਾਕਾਤ ਨਹੀਂ ਹੋਣ ਦੇ ਰਹੇ ਜੀ ਦੇਖੋ ਜੋ ਮੁਲਾਕਾਤ ਇੱਕ ਰਾਈਟ ਹੈ ਜੀ ਜਿਹੜਾ ਜੀ ਜਿਹੜੀ 5-7 ਦਿਨ ਦੀ ਮਹਿਮਾਨ ਆ ਉਹ ਜਾਣ ਕੇ ਪੱਕਾ ਕਰਾ ਥੋੜੇ ਮੈਂ ਥੱਲੇ ਕਰ ਲੈ ਵੀਰੇ ਕਿਤੇ ਕਿਤੇ ਫਿਰ ਆਰਟੀ ਪ੍ਰਧਾਨ ਜਿਹੜੇ ਅਕਾਲੀ ਦਲ ਦੇ ਹੈਗੇ ਸੁਖਬੀਰ ਬਾਦਲ ਉਹਨਾਂ ਦਾ ਕਹਿਣਾ ਹੈ ਕਿ ਪੱਕਾ ਕਰ ਰਹੀ ਹੈ ਮੁਲਾਕਾਤ ਨਹੀਂ ਹੋ ਰਹੀ ਉਹ ਯਾਰ ਭਾਜੀ ਚਲੋ ਚਲੋ ਨਹੀਂ ਤੇ ਉਹ ਯਾਰ ਟ੍ਰਿਪਲ ਭੇਟ